ਪੰਜਾਬੀਓ ਸਵਾਲ ਹੋਇਆ ਤੁਹਾਨੂੰ ਕੱਲ ਸਕੇਪਗੋਟ ਗਾਣਾ ਆਇਆ ਸਿੱਧੂ ਮੂਸੇਵਾਲਾ ਦੇ ਪੂਰੇ ਪੰਜਾਬੀਆਂ ਨੂੰ ਇੱਕ ਸਵਾਲ ਕੀਤਾ ਕੋਈ ਰੰਜਿਸ਼ ਜਾਂ ਕਿਸੇ ਖੇਚਬਾਜ਼ੀ ਦੇ ਵਿੱਚ ਨਹੀਂ ਦੋਸਤੋ ਪਰ ਸਵਾਲ ਦੇ ਵਿੱਚ ਕੀ ਆ ਉਹਨੇ ਪੁੱਛਿਆ ਕੀ ਆ ਕਿ ਗਦਾਰ ਦੱਸੋ ਕੌਣ ਆ ਤੇ ਹਾਰਿਆ ਕੌਣ ਆ ਤੇ ਜਿੱਤਿਆ ਕੌਣ ਆ ਯਾਰ ਹੱਦ ਹੋ ਗਈ ਹਾਲੇ ਤੱਕ ਹਾਰਨ ਦਾ ਹੀ ਅਹਿਸਾਸ ਨਹੀਂ ਹੋ ਰਿਹਾ ਲੋਕਾਂ ਨੂੰ ਤੇ ਜਿੱਤਿਆ ਕੌਣ ਆ ਇਹ ਵੀ ਨਹੀਂ ਅਜੇ ਤੱਕ ਕਹਿੰਦੇ ਪਤਾ ਲੱਗਿਆ ਪੁੱਛ ਰਹੇ ਆ ਖੁਦ ਹਰੇ ਆ ਤੇ ਨਾਲ ਦੋਸਤੋ ਗਦਾਰ ਪੁੱਛਿਆ ਕਿ ਗਦਾਰ ਕੌਣ ਆ ਤੇ ਹੁਣ ਗੌਰ ਕਰਿਓ ਉਹਦੀ ਗੱਲ ਦਾ ਜਵਾਬ ਦੇਣ ਲੱਗਿਆ ਕਿ ਗਦਾਰ ਕੌਣ ਆ ਤੇ ਜੇ ਜਵਾਬ ਦੇ ਨਾਲ ਸਹਿਮਤ ਹੋਏ ਤਾਂ ਇਸ ਗੱਲ ਨੂੰ ਵਾਇਰਲ ਵੀ ਕਰਿਓ ਸ਼ੇਅਰ ਵੀ ਕਰਿਓ ਤਰੰਨਮ ਦੇ ਵਿੱਚ ਜਿਸ ਤਰੀਕੇ ਨਾਲ ਉਹਨੇ ਪੇਸ਼ ਕੀਤਾ ਗੱਲ ਤਰੰਨਮ ਦੇ ਵਿੱਚ ਨਹੀਂ ਦੋਸਤੋ ਗਾ ਕੇ ਨਹੀਂ ਬੋਲ ਕੇ ਦੱਸੂਗਾ ਪਰ ਉਸੇ ਤਰੰਨਮ ਦੇ ਵਿੱਚ ਇਸ ਗੱਲ ਨੂੰ ਕੀ ਆ ਗਾਇਆ ਜਾ ਸਕਦਾ ਜਿਹੜੀ ਤੁਹਾਡੇ ਅੱਗੇ ਕਾਵਿ ਰੂਪ ਦੇ ਵਿੱਚ ਰੱਖੂਗਾ ਤੇ ਉਸੇ ਤਰੰਨਮ ਚ ਗਾਇਆ ਸਕਦਾ ਜਿਹੜੇ ਚ ਸਿੱਧੂ ਮੂਸੇਵਾਲੇ ਨੇ ਗਾਇਆ ਪਰ ਗਾ ਕੇ ਇਸ ਕਰਕੇ ਨਹੀਂ ਦੋਸਤੋ ਕਿਉਂਕਿ ਕਈ ਜਿਹੜੀਆਂ ਚੀਜ਼ਾਂ ਨੇ ਉਹ ਮਿਸ ਹੋ ਜਾਂਦੀਆਂ ਤੇ ਕਈ ਵਾਰ ਸਮਝ ਘੱਟ ਆਉਂਦੀਆਂ ਨੇ ਤਾਂ ਉਸ ਵਾਸਤੇ ਤੁਹਾਡੇ ਅੱਗੇ ਕੀ ਉਹਦਾ ਜਵਾਬ ਰੱਖਣ ਲੱਗਿਆ ਤੇ ਗਾਣੇ ਦੇ ਦੋਸਤੋ ਨਾਂ ਜਿਵੇਂ ਰੱਖਿਆ ਗਿਆ ਸਕੇਪਗੋਟ ਨਾਂ ਗਾ ਮਤਲਬ ਬਲੀ ਦਾ ਬੱਕਰਾ ਪਰ ਅਸਲ ਦੇ ਵਿੱਚ ਜਿਹੜਾ ਅਰੀਜਨ ਇਹਦਾ ਦੋਸਤੋ ਸ਼ੁਰੂਆਤ ਹੋਈ ਆ ਹੋਈ ਕਿੱਥੋਂ ਆ ਉਹ ਹੋਈ ਆ ਦੋਸਤੋ ਕਹਿੰਦੇ ਬਾਈਬਲ ਦੇ ਵਿੱਚ ਲਿਖਿਆ ਗਿਆ ਕਿ ਸਾਰੇ ਆਪਣੇ ਗੁਨਾਹ ਇਜ਼ਰਾਈਲ ਦੇ ਲੋਕ ਕੀ ਆ ਇੱਕ ਬੱਕਰੇ ਦੇ ਸਿਰ ਤੇ ਪਾ ਕੇ ਉਹਨੂੰ ਜੰਗਲ ਦੇ ਵਿੱਚ ਕੀ ਆ ਖੁੱਲਾ ਛੱਡ ਦਿੰਦੇ ਸੀ ਮਰਨ ਵਾਸਤੇ ਜਾਂ ਮਾਰੂਥਲ ਦੇ ਵਿੱਚ ਛੱਡਿਆ ਜਾਂਦਾ ਸੀ ਕਿ ਆਪਣੇ ਗੁਨਾਹ ਕਿਸੇ ਦੇ ਸਿਰ ਪਾਏ ਜਾਂਦੇ ਸੀ ਹੁਣ ਮੈਨੂੰ ਇਹ ਸਮਝ ਨਹੀਂ ਆਈ ਕਿ ਉਹਨੇ ਸਕੇਪਗੋਟ ਕਿਹਾ ਕਿਹਨੂੰ ਆ ਤੇ ਜੇ ਆਪਣੇ ਆਪ ਨੂੰ ਕਿਹਾ ਗਾ ਤਾਂ ਮੇਰੇ ਖਿਆਲ ਚੋਂ ਦਰੁਸਤ ਹੈ ਤੇ ਦੋਸਤੋ ਲਓ ਜਵਾਬ ਆ ਤਰੰਨਮ ਦੇ ਰੂਪ ਦੇ ਵਿੱਚ ਇਹਨੂੰ ਗਾਇਆ ਜਾ ਸਕਦਾ ਤੇ ਜਵਾਬ ਦੇ ਨਾਲ ਸਹਿਮਤ ਹੋਏ ਤਾਂ ਦੱਬ ਕੇ ਸ਼ੇਅਰ ਕਰਿਓ ਕਿਉਂਕਿ ਸਵਾਲ ਪੂਰੇ ਪੰਜਾਬੀਆਂ ਨੂੰ ਕੀਤਾ ਗਿਆ ਤੇ ਪੂਰੇ ਪੰਜਾਬੀਆਂ ਨੂੰ ਲਲਕਾਰ ਕੇ ਪੁੱਛਿਆ ਗਿਆ ਕਿ ਗਦਾਰ ਦੱਸੋ ਇਹ ਕੌਣ ਆ ਤੇ ਹਰਿਆ ਕੌਣ ਆ ਜਿੱਤਿਆ ਕੌਣ ਆ ਲਓ ਸੁਣੋ ਫਿਰ ਜਿੱਤਿਆ ਤੇ ਹਰਿਆ ਕੌਣ ਆ ਲੋਕੋ ਕਰ ਲਿਆ ਕਰ ਗਿਆ ਸਵਾਲ ਤੁਹਾਨੂੰ ਸਿੱਧੂ ਮੂਸੇਵਾਲਾ ਜਿਹੜਾ ਗਾਣਿਆਂ ਚ ਕਈਆਂ ਨੂੰ ਇਹ ਕਹਿੰਦਾ ਰਹਿੰਦਾ ਸਾਲਾ ਉਹਨੇ ਪੁੱਛਿਆ ਲੋਕਾਂ ਨੂੰ ਕਿ ਗਦਾਰ ਦੱਸੋ ਕੌਣ ਕਿੱਲਾ ਨਿਕਲਿਆ ਨੀ ਅਜੇ ਉਹਦੀ ਆਕੜੀ ਏ ਤੌਣ ਬਣ ਬੱਕਰਾ ਬਲੀ ਦਾ ਉਹ ਸਾਰੀ ਗੱਲ ਮੰਨੇ ਪਰ ਗੱਲ ਛੱਡਤੀ ਅਧੂਰੀ ਕਿਸੇ ਲਾਈ ਨਾ ਹੋਏ ਬੰਨੇ ਸਕੇਪ ਗੋਟ ਦੇ ਜਵਾਬ ਚ ਮੈਂ ਸਾਰੀ ਗੱਲ ਕਹਿਣਾ ਜਵਾਬ ਲੱਗੇ ਜੇ ਸਹੀ ਤਾਂ ਸ਼ੇਅਰ ਕਰ ਦੇਣਾ ਹੁਣ ਗੱਲ ਦੀ ਸ਼ੁਰੂਆਤ ਕੱਲੀ ਕੱਲੀ ਲਾਈਨ ਦਾ ਦੋਸਤੋ ਲਾਈਨ ਦੇ ਵਿੱਚ ਹੀ ਕੀ ਆਨਸਰ ਮਾ ਕੇ ਕੀ ਆ ਦੇਣ ਦੀ ਕੋਸ਼ਿਸ਼ ਕਰਾਂਗੇ ਹੁਣ ਉਹਨੇ ਕਿਹਾ ਕੀ ਆ ਉਹ ਕਹਿੰਦਾ ਕੱਲ ਮੈਨੂੰ ਗੱਲ ਇੱਕ ਬੰਦੇ ਨਹੀਂ ਸੀ ਕਹੀ ਮੈਂ ਹਾਰਿਆ ਕਿਉਂਕਿ ਮੇਰੀ ਕਹਿੰਦਾ ਪਾਰਟੀ ਨਹੀਂ ਸਹੀ ਕਹਿੰਦਾ ਪੁੱਛਿਆ ਮੈਂ ਉਹਨੂੰ ਮੈਨੂੰ ਗੱਲ ਦੱਸ ਬਾਈ ਜੇ ਇੰਨੀ ਸੀ ਗਲਤ ਤਿੰਨ ਵਾਰ ਕਿਉਂ ਜਿਤਾਈ ਮੂਸੇ ਵਾਲਿਆ ਉਹ ਇਹ ਗੱਲ ਕਹੀ ਉਹਨੇ 16 ਆਨੇ ਸੱਚੀ ਗੌਰ ਕਰ ਲੈ ਤੂੰ ਐਵੇਂ ਕਾਹਤੋਂ ਗੌਰ ਕਰ ਲੈ ਤੂੰ ਐਵੇਂ ਕਾਹਤੋਂ ਜਾਨਾ ਹੋਏ ਮੱਚੀ ਜਿਹਨੂੰ ਪੁੱਛਿਆ ਹੋਊਗਾ ਉਹ ਵੀ ਕਾਂਗਰਸੀ ਹੋਣਾ ਜਵਾਬ ਤੇਰੀਆਂ ਗੱਲਾਂ ਦਾ ਤਾਂ ਉਹਤੋਂ ਦਿੱਤਾ ਗਿਆ ਨਹੀਂ ਉਹ ਹੋਣਾ ਜਿਹੜੀ ਪਾਰਟੀ ਨੇ ਤਖ਼ਤ ਨੂੰ ਵਾਰ ਵਾਰ ਢਾਇਆ ਤੂੰ ਉਹਦੇ ਨਾਲ ਖੜ ਨਹੀਂ ਉਹ ਧਰਮ ਕਮਾਇਆ ਤੂੰ ਇਹਨਾਂ ਲੋਕਾਂ ਨੇ ਹੀ ਤਖ਼ਤ ਤੇ ਟੈਂਕ ਸੀ ਚੜਾਇਆ ਤੀਰ ਵਾਲੇ ਸੰਤਾਂ ਦਾ ਤੈਨੂੰ ਚੇਤਾ ਕਿਉਂ ਨਾ ਆਇਆ ਹੁਣ ਜਵਾਬ ਸੁਣੀ ਕਿ ਗਦਾਰ ਕੌਣ ਆ ਜਿਹੜੀਆਂ ਟੈਗ ਲਾਈਨਾਂ ਤੇਰੀ ਕਿ ਗਦਾਰ ਕੌਣ ਆ ਤੇ ਹਰਿਆ ਕੌਣ ਆ ਇੱਥੇ ਜਿੱਤੇ ਨੇ ਉਹ ਲੋਕ ਹੋਈ ਠੱਗਾਂ ਦੀ ਇਹ ਹਾਰ ਮੂਸੇ ਵਾਲਿਆ ਉਹ ਰੱਖ ਜੇਰਾ ਮਨ ਦਿਲੋਂ ਹਾਰ ਪੰਜੇ ਤੱਕੜੀ ਦੇ ਅਜੇ ਜਿਹੜੇ ਬਣੇ ਬੈਠੇ ਯਾਰ ਉਹਨਾਂ ਧਰਮ ਦੇ ਸਕੇ ਉਹੀ ਨਿਕਲੇ ਗਦਾਰ ਉਹਨਾਂ ਧਰਮ ਦੇ ਸਕੇ ਉਹੀ ਨਿਕਲੇ ਗਦਾਰ ਜਿਨ੍ਹਾਂ ਨੇ ਵੋਟਾਂ ਪਾਈਆਂ ਅਕਾਲੀਆਂ ਤੇ ਕਾਂਗਰਸੀਆਂ ਨੂੰ ਕਿਉਂਕਿ ਉਹ ਇਹ ਅਕਾਲ ਤਖ਼ਤ ਨੂੰ ਅੰਦਰੋਂ ਤੇ ਬਾਹਰੋਂ ਢਾਉਣ ਵਾਲੀਆਂ ਪਾਰਟੀਆਂ ਨੂੰ ਵੋਟਾਂ ਪਾਉਣ ਵਾਲਿਆਂ ਨੂੰ ਮੈਂ ਗਦਾਰ ਕਹਿਣਾ ਪਹਿਲਾਂ ਵੀ ਕਹਿੰਦੇ ਰਹੇ ਹਾਂ ਕਿ ਇਹਨਾਂ ਨੂੰ ਵੋਟਾਂ ਨਾ ਪਾਇਓ ਅਗਲੀ ਦੋਸਤੋ ਜਿਹੜੀ ਉਹਨੇ ਗੱਲ ਕਹੀ ਆ ਉਹਦਾ ਜਵਾਬ ਕੀ ਹੈ ਇੱਥੇ ਸੱਚ ਨਾਲੋਂ ਸਾਰੇ ਲੋਕ ਝਾੜਦੇ ਨੇ ਪੱਲਾ ਤੂੰ ਕਿਹਾ ਸੀ ਕਿ ਇੱਥੇ ਸੱਚ ਨਾਲੋਂ ਸਾਰੇ ਲੋਕ ਝਾੜਦੇ ਨੇ ਪੱਲਾ ਉਹਦਾ ਜਵਾਬ ਆ ਇੱਥੇ ਸੱਚ ਨਾਲੋਂ ਸਾਰੇ ਲੋਕ ਝਾੜਦੇ ਨਹੀਂ ਪੱਲਾ ਤੂੰ ਆਪ ਹੀ ਸੀ ਕਹਿੰਦਾ ਜੱਟ ਬਹੁਤ ਏ ਇਕੱਲਾ ਕਿੱਲੇ ਨਿਕਲੇ ਨੇ ਕਈ ਤੁਸੀਂ ਇਕੱਲੇ ਨਹੀਂ ਹੋ ਹਾਰੇ ਬੰਦਾ ਉਹੀ ਹੁੰਦਾ ਸਹੀ ਜੋ ਹਾਰ ਸਵੀਕਾਰੇ ਸਿੱਧੂ ਕਹਿੰਦਾ ਲੋਕਾਂ ਸੱਚਿਆਂ ਦੀ ਗੋਡ ਨਹੀਂ ਲਵਾਈ ਇਹਨਾਂ ਦੋ ਗਲਿਆਂ ਲੋਕਾਂ ਬੀਬੀ ਖਾਲੜਾ ਹਰਾਈ ਪਰ ਬੀਬੀ ਖਾਲੜਾ ਖਾਰੀ ਕਿਉਂ ਆ ਸਮਝੀ ਬੀਬੀ ਖਾਲੜਾ ਜੀ ਹਾਰੇ ਕਿਉਂ ਜੋ ਪਾਸੂ ਸੀ ਪਾਸੂ ਹੀ ਸੀ ਮਾੜੇ ਬੀਬੀ ਖਾਲੜਾ ਜੀ ਹਾਰੇ ਕਿਉਂ ਜੋ ਪਾਸੂ ਹੀ ਸੀ ਮਾੜੇ ਇਹਨਾਂ ਝੋਲੀ ਚੁੱਕ ਲੋਕਾਂ ਕਈ ਚੰਗੇ ਵੀ ਉਜਾੜੇ ਰਾਜੇ ਆਲ ਵਰਗਿਆਂ ਇੱਥੇ ਪਾਰਟੀ ਬਣਾਈ ਲੋਕ ਜਾਣਦੇ ਸੀ ਸਭ ਤਾਂ ਹੀ ਟਾਪ ਸੀ ਲਵਾਈ ਕਿਸਾਨੀ ਜਜ਼ਬਾਤਾਂ ਨਾਲ ਉਹ ਖੇਡਣਾ ਸੀ ਚਾਹੁੰਦੇ ਫਿਰ ਲੋਕ ਦੱਸ ਕਿਵੇਂ ਸਿੱਧੂ ਆ ਇਹਨਾਂ ਨੂੰ ਮੂੰਹ ਲਾਉਂਦੇ ਮਾਨਦੀਪ ਨਵਰੀਤ ਦਾ ਕਿਉਂ ਬਣ ਬੈਠਾ ਯਾਰ ਮਾਨਦੀਪ ਨਵਰੀਤ ਦਾ ਕਿਉਂ ਬਣ ਤਾਂ ਏ ਯਾਰ ਮੂਸੇ ਵਾਲਿਆ ਓਏ ਰੱਖ ਜੇਰਾ ਮਨ ਦਿਲੋਂ ਹਾਰ ਪੰਜੇ ਤੱਕੜੀ ਦੇ ਅਜੇ ਜਿਹੜੇ ਬਣ ਬੈਠੇ ਯਾਰ ਉਹਨਾਂ ਧਰਮ ਦੇ ਸਕੇ ਉਹੀ ਨਿਕਲੇ ਗਦਾਰ ਉਹੀ ਨਿਕਲੇ ਗਦਾਰ
अगे दोस्तों गल करदा एवें मार ललकारे की औकात है दिखाउंदा, एवें मार ललकारे की औकात है दिखाउंदा। इत्थे आशा नाट 11 नूं भी खिच के लिआउंदा, तू सही कहा एवें कदे हौंकी दा नहीं हुंदा पर पट्टां उत्ते मार थापी भौंकी दा नहीं हुंदा। डांग भौंकण ते कई बार सुते सिद्ध वजे, डांग भौंकणे ते कई बार सुते सिद्ध वजे, फिर बोल के भी जख्म ओए जांदे नहीं ओ कजे। लोकां अक्कियां ने कांग्रसी काली ने नकारे, ताइयो झाड़ू वालियां दे होए वारे ने नियारे। गंद साफ ना जे कीता झाड़ू नाल भी ओ होनी, गंद साफ ना जे कीता झाड़ू वालियां नाल भी ओ होनी, जो रवायतियां ते लगी ओही लगू फिर तौनी। राज सभा मुद्दे उत्ते तू कीता सही वार, मूसे वालिया ओए रख जेरा मन दिलों हार। पंजे तकड़ी दे अज जेड़े बने बैठे यार, उन्हां धर्म दे सके उही निकले गदार। लास्ट जेड़ी गल कही उहदा जवाब सुनी, मैनू समझ ना आई तू किन्ना नूं जताया, मैनू समझ ना आई तू किन्ना नूं जताया, किला धौण वाला लोकां तेरा कढ के दिखाया, तेरा की है स्टैंड किहड़ा बणिया ब्रांड, आखें पछड़े लोकां नूं तू बजा दित्ती बैंड। तू गाने च भी लोकां नूं कहा पछड़िया नूं मैं ब्रांड बनाता, तू खुद पछड़े कहना। हार दा गुस्सा ना होए हुण लोकां उत्ते कढ, जिन्हां आदतां हराया उन्हां आदतां नूं छड। दिन चढ़दे ही रहिंदे रात ढलदी ही रहिंदी, अणसुणी ना ओ कर जो लकाई तैनूं कहिंदी। शुरुआत तों ना सिखे तां अखीर माड़ा होणा, शुरुआत तों ना सिखे तां अखीर माड़ा होणा, जिहड़ा बणिया ए कद ओह वी रहि जाणा बौणा। सूली वाले सूली बिना सार दे नहीं हुंदे, सूली वाले सूली बिना सार दे नहीं हुंदे, पर हर मूहरे खड़ मूसे वालिया थापी मार दे नहीं हुंदे। बुखलाहट च आके एवें झलना खिलार, मूसे वालिया ओए रख जेरा मन दिलों हार। पंजे तकड़ी दे अजे जेड़े बने बैठे यार, उन्हां धर्म दे सके उही निकले गदार, उन्हां धर्म दे सके उही निकले गदार। पंजे तकड़ी दे अजे भी जेड़े बने बैठे यार, मूसे वालिया ओए रख जेरा मन दिलों हार। दोस्तों जे गल नाल सहमत हो तां बेनती करदा कि बली दे बकरा जे उह अपने आप नूं मानदा तां दुरुस्त मैं कहना, क्योंकि उहनूं बली दा बकरा कांग्रेस वालिआं ने बना के रख्या ते पेश कीता। जे सहमत हो इस गल नाल ते जिहड़ा जवाब उहदी की आ, कल्ली कल्ली गल दा जवाब देण दी गल कीती आ, तां उह कीता जिहड़े वीर ने गल कीती आ। लोक अधिकार लहर दा की बणिआ इक कमेंट बॉक्स च पुछिआ, मैं दस दिंदा कि लोक अधिकार लहर दोस्तों जिथे लड़ी आ दो थावां ते लड़ी सी, ते जिन्नीआं वोटां पईआं सिर मथे उत्थे हरे आ, ते बाकी थावां ते जिथे ओपनली दोस्तों आम आदमी पार्टी के चंगे किरदारां दी भी सपोर्ट कीती सी, ते किसानां दे वल्लों जिहड़े कुछ क चंगे लोग खड़े कीते सी उहनां दी सपोर्ट कीती सी, ते कई भरा उहनां चों जिते भी हैगे आ ते सिर मथे मानदे भी हैगे आ। इस करके थोनू बेनती करदा कि अज इस पोस्ट नाल जे सहमत हैगे हो तां इहनूं शेयर जरूर करिओ। बहुत बहुत धन्नवाद।